ਪ੍ਰੋਫੈਸਰ ਮੋਨ ਸਿੰਘ ਜੀ ਸਾਡੇ ਪੰਜਾਬੀ ਦੇ ਬੜੇ ਅੱਛੇ ਕਵੀ ਹੋਏ ਨੇ ਉਹਨਾਂ ਨੇ ਲਿਖਿਆ ਹੈ ਕਿ ਭਾਰਤ ਹੈ ਵਾਂਗ ਮੰਦਰੀ ਤਾਂ ਵਿੱਚ ਨਗ ਹੈ ਪੰਜਾਬ ਦਾ ਭਾਰਤ ਹੈ ਵਾਂਗ ਮੰਦਰੀ ਤਾਂ ਵਿੱਚ ਨਗ ਹੈ ਪੰਜਾਬ ਦਾ ਭਾਰਤ ਹੈ ਜੇ ਸ਼ਰਾਬ ਤਾਂ ਹੈ ਨਸ਼ਾ ਹੈ ਸ਼ਰਾਬ ਦਾ ਆਵੜ ਨੂੰ ਜਵਾਨੀਆਂ ਹਰ ਇੱਕ ਤੇ ਨੇ ਆਉਂਦੀਆਂ ਪਰ ਵੱਖਰਾ ਹੀ ਨਜ਼ਾਰਾ ਹੈ ਸਾਡੇ ਸ਼ਬਾਬ ਦਾ ਗੰਗਾ ਬਣਾਏ ਦੇਵਤੇ ਤੇ ਜੰਮਣ ਦੇਵੀਆਂ ਆਸ਼ਿਕ ਮਗਰ ਬਣਾ ਸਕੇ ਪਾਣੀ ਚ ਨਾਵਦਾ thank you very much I uh, just want to take the opportunity to uh, welcome Tanya Gill and uh, her mother to our uh, wonderful beautiful city of uh, capital city of Edmonton uh, also would like to take the opportunity to con congratulate and commend her accomplishments uh, in, for the promotion of Punjabi culture and Punjabi music uh, I've said it many times whenever I have the opportunity that uh, every single one of us have a have a role to play in this to promote our language our mother language which is Punjabi be uh make sure that our children uh, are in touch with the language so the best way we can do that uh and one of the ways we can do that is through music so i want to thank you on behalf of the government of alberta for doing such a wonderful job uh sade sare edmontonians valon saadi sarkar valon aur jinne sade payana pra itthe aj hai unna sarean valon tada sade edmonton the city de vich tanu ji ayan aur jo tusi punjabi music de layi punjabi culture de layi kar rahe ha ਉਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਅ ਜਿਸ ਤਰ੍ਹਾਂ ਜੇ ਅਸੀਂ ਕਦੀ ਗੱਲਬਾਤ ਕਰਦੇ ਹਾਂ ਡਿਮਿਨਿਸ਼ਿੰਗ ਲੈਂਗੁਏਜਸ ਦੀ ਹਰ ਇੱਕ ਦਿਨ ਇੱਕ ਜਾਂ ਦੋ ਲੈਂਗੁਏਜਸ ਡਿਮਿਨਿਸ਼ ਹੁੰਦੀਆਂ ਜਾ ਰਹੀਆਂ ਖਤਮ ਹੁੰਦੀਆਂ ਜਾ ਰਹੀਆਂ ਔਰ ਜੋ ਕਲਾਕਾਰ ਹੈ ਤੁਹਾਡੇ ਵਰਗੇ ਜਿਹੜਾ ਕਿ ਪੂਰਾ ਆਪਣਾ ਯੋਗਦਾਨ ਇਸ ਕੰਮ ਦੇ ਲਈ ਪਾ ਰਿਹਾ ਕਿ ਸਾਡੀ ਜੋ ਪੰਜਾਬੀ ਲੈਂਗੁਏਜ ਹੈ ਉਹ ਵੱਧਦੀ ਫੁੱਲਦੀ ਰਹੇ ਸਾਡੇ ਛੋਟੇ ਜਿਹੇ ਸੱਦੇ ਤੇ ਬੜੇ ਸ਼ਾਰਟ ਨੋਟਿਸ ਤੇ ਜਿੰਨੇ ਵੀ ਸਾਡੇ ਮਿੱਤਰ ਪਹੁੰਚੇ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਅਸਟਰਵੇਜ ਸਾਡਾ ਹਮੇਸ਼ਾ ਉਦੇਸ਼ ਰਿਹਾ ਜਦੋਂ ਵੀ ਕੋਈ ਕਲਾਕਾਰ ਆ ਫਨਕਾਰ ਵਧੀਆ ਫਨਕਾਰ ਸਾਡੇ ਸ਼ਹਿਰ ਵਿੱਚ ਆਉਂਦਾ ਹੈ ਸਮੇਂ-ਸਮੇਂ ਸਿਰ ਉਹਨਾਂ ਦਾ ਮਾਨ ਸਨਮਾਨ ਕਰਦੇ ਰਹੇ ਹਾਂ ਤੇ ਭਵਿੱਖ 'ਚ ਕਰਦੇ ਰਹਾਂਗੇ ਇਸੇ ਲੜੀ ਦੇ ਤਹਿਤ ਅਜੇ سلسلہ ਅਸੀਂ ਜਾਰੀ ਰੱਖਿਆ ਹੈ ਤਾਨੀਆ ਗਿੱਲ ਨੂੰ ਸਨਮਾਨਿਤ ਕੀਤਾ ਕਿਉਂਕਿ ਤਾਨੀਆ ਗਿੱਲ ਛੋਟੀ ਉਮਰੇ ਵੱਡੀਆਂ ਮੱਲਾਂ ਮਾਰਨ ਵਾਲੀ ਇੱਕ ਅਜਾਇਹੀ ਕਾਇਕਾ ਹੈ ਜਿਸ ਨੇ ਥੋੜੇ ਸਮੇਂ 'ਚ ਕਾਫੀ ਨਾਂ ਕਮਾਇਆ ਤੇ ਅਦਿ ਲੋ ਸ਼ੁਕਰਗੁਜ਼ਾਰ ਹਾਂ ਤੁਹਾਡੇ ਸਾਰਿਆਂ ਦੀ ਸੋ ਨਰੇਸ਼ ਭਾਰਤਵਾਦੀ ਜੀ ਨੇ ਵਧਿਆ ਤੇਰੇ ਨਾਲ ਮਾਨ ਸਨਮਾਨ ਕੀਤਾ ਹੈ ਸੋ ਉਹਨਾਂ ਦੀ ਵੀ ਤੈਦਲੋਂ ਰਣੀ ਆ ਸਾਰਿਆਂ ਦੀ ਤੈਦਲੋਂ ਸ਼ੁਕਰਗੁਜ਼ਾਰਾਂ ਸਪੈਸ਼ਲੀ ਤੈਦਲੋਂ ਸ਼ੁਕਰਗੁਜ਼ਾਰਾਂ ਬਸੋਤਾ ਜੀ ਦੀ ਜਿਨ੍ਹਾਂ ਨੇ ਆਪਾਂ ਸਾਰਿਆਂ ਨੂੰ ਅੱਜ ਇੱਕ ਦੂਜੇ ਦੇ ਸਾਹਮਣੇ ਇੱਥੇ ਇਕੱਠੇ ਕਰਾਇਆ ਆ ਸੁਭਾਤੀਆਂ ਗੱਲਾਂ ਨਾ ਕਰਦੀ ਹੋਈ ਕਹਿੰਦੀ ਮੈਂ ਉਸ ਪੰਜਾਬ ਦੀ ਮੁਟਿਆਰਾਂ ਤੇ ਭੈਣਾਂ ਉਹਨਾਂ ਵੀਰਾਂ ਦੀ ਜਿਨ੍ਹਾਂ ਕੱਲੂ ਕੇਰਿਆਂ ਵਿੱਚ ਮਾਰ ਹੈ ਖਾਦੀ ਤੀਰਾਂ ਦੀ ਤੇ ਮੈਂ ਉਸ ਪਿਤਾ ਦੀ ਬੇਟੀ ਹਾਂ ਜਿਨ੍ਹਾਂ ਚਿੜੀਆਂ ਨਾਲ ਬਾਜ਼ ਲੜਾਇਆ ਸੀ ਅਮਰਦ ਦੀ ਸ਼ਕਤੀ ਦੇ ਕਿਤੇ ਸਵਾ ਲੱਖ ਨਾਲ ਇੱਕ ਲੜਾਇਆ ਸੀ ਤੇ ਮੈਂ ਉਸ ਦਾਦੇ ਦੀ ਪੋਤੀ ਹਾਂ ਜੋ ਹਿੰਦ ਦੀ ਚਿੱਟੀ ਚਾਦਰ ਸੀ ਵੀ ਮੈਂ ਉਸ ਦਾਦੇ ਦੀ ਪੋਤੀ ਹਾਂ ਜੋ ਹਿੰਦ ਦੀ ਚਿੱਟੀ ਚਾਦਰ ਸੀ ਤੇ ਜਿਨ੍ਹਾਂ ਦੂਜਿਆਂ ਤੋਂ ਸਰਵਾਰ ਦਿੱਤਾਏ ਉਹਦਾ ਨਾਂ ਗੁਰੂ ਤੇਗ ਬਹਾਦਰ ਸੀ ਉਹਦਾ ਨਾਂ ਗੁਰੂ ਤੇਗ ਬਹਾਦਰ ਸੀ ਜਿਹਨੂੰ ਕਹਿੰਦੇ ਸਾਡੀ ਆਉਣ ਵਾਲੀ ਜਨਰੇਸ਼ਨ ਉਹ ਸਾਡੀ ਮਾਂ ਬੋਲੀ ਨਾਲ ਅਟੈਚਡ ਹੈ ਜੇ ਤੁਸੀਂ ਇਹਨੂੰ ਕੈਰੀ ਔਨ ਕੀਤਾ ਹੈ ਤੇ ਬੜੇ ਸੱਚਜੇ ਟੰਗ ਨਾਲ ਬੜੇ ਵਧੀਆ ਟੰਗ ਨਾਲ ਤੁਸੀਂ ਇਹਦੀ ਸੇਵਾ ਕੀਤੀ ਹੈ ਤਾਂ ਸਾਡਾ ਸਹਿਯੋਗ ਸਾਡੇ ਐਡਮਿੰਟਨ ਵਾਸੀਆਂ ਦਾ ਹੋਰ ਜਿੰਨੇ ਵੀ ਸੱਜਣ ਨੇ ਉਹਨਾਂ ਸਾਰਿਆਂ ਦਾ ਮੈਂ ਅੰਗਰੇਜ਼ੀ ਚ ਇੱਕ ਵਰਡ ਹੁੰਦਾ ਅਨ ਕੰਡੀਸ਼ਨਲ ਸਪੋਰਟ ਤੁਹਾਡੇ ਨਾਲ ਹੈ ਸੋ ਰੱਬ ਕਰੇ ਤੁਸੀਂ ਦਿਨ ਬਿਦਨ ਤਰੱਕੀ ਕਰੋ ਤੇ ਜਿੰਨਾ ਜੋ ਸਾਡੇ ਲਈ ਸੇਵਾਸੀ ਆਲਵੇਸ ਹਾਜ਼ਰ ਹੈ ਉਹ ਤੇਰੇ ਅਖੀਆਂ ਤੂੰ ਦੂਰ ਨੀ ਸੜਾ ਉਡ ਮੁਖੜੀ ਦਾ ਨੂਰੇ ਗਿਆ ਤੇਰੇ ਅੱਖੀਆਂ ਤੋਂ ਦੁਰ ਗਿਆ ਨੀ ਸੜਾ ਉਡ ਮੁਖੜੀ ਦਾ ਨੂਰੇ ਗਿਆ ਮੁੱਦ ਤਾਹੀ ਅਜ ਹੋ ਗਈ ਅਨੇ ਮੁੱਦ ਤਾਹੀ ਅਜ ਹੋ ਗਈ ਅਨੇ ਜਾਵੋ ਮੋੜ ਲਿਆਵੋ ਨੀ ਮੇਰੇ ਚਨ ਪਰਦੇਸੀ ਨੂੰ ਕੋਈ ਜਾਵੋ ਮੋੜ ਲਿਆਵੋ ਨੀ ਮੇਰੇ ਚਨ ਪਰਦੇਸੀ ਨੂੰ ਉਦਿਓਣ ਦਿਆਂ ਹਰ ਵੇਲੇ ਮੈਂ ਅਰਜ਼ਾ ਕਰਦੀਆ ਹੱਥ ਜੋੜ ਕੇ ਰੱਬ ਮੂਰੀ ਮੈਂ